जो ना मार के एक एक करी की गल कि मारदा मुंडा बुलेट नु बहुत ज्यादा काला पैंदे आ क्योंकि अगे वाह देनो सत श्री अकाल जी सारयां नू की हाल चाल जे उम्मीद करते हैं सारे ठीक ठाक होणगे मित्रों आपां वी ठीक ठाक आ आ बंदे दे हाल थोड़े माड़े आपदे आ क्योंकि वाहवा मेरे हिसाब नाल 15-20 दिन हो गए होने 15-20 दिन हो गए ते बुलेट लभदे नू ते कदी इलैक्ट्रा वेख लईदा कदी स्टैंडर्ड वेख लईदा ते गल मुंडे नू पसंद नहीं आउंदे आ चलो तुहानू पता जिहड़े तैयार होए बुलेट आ उहदे महंगे मिलने मिलने आ ते इस करके ना फिर कोई सैलिंग ही नहीं रलदी साडी ते हुण एक पसंद आ गया बुलेट आपां नू ते उह लैण चले आ थोड़े टाइम तकर लैण चले आ बुलेट ते बाकी आ अपना खलोता लाके मोटरसाइकल इहदा वी करवाउने आ कम थोड़ा बहुत जिहड़ा वी हैगा वा रुच गए मैं देना है मुंडा साडा बुलेट नू बहुत ज्यादा काला पैंदे आ क्योंकि अगे वाह दिन हो गए आ ते हुण महा एक बुलेट की गल बनी अपने की ते हुण ओह चले लैण बस ये अपना नाल साहिल हाँ साहिल किदा ठीक है सीधा एक बार मार के तुहानू खाउने आ किदा स्टार्टिंग स्टूडिंग आपां चैक कर लिया एक तुहानू दिखा दिंदे हुण वाह बुलेट जी जो ना मार के एक एक करी की गल कि मारदा स्टार्टिंग फुल घैंट जै चो कर दे बंद बाकी मित्रों आवाज आवूज सैट आ उत्थे ज्यादा ब्लॉग बनाया नहीं उत्थे लागे वाहवा जाने ते माड़ा जिहा ब्लॉग बनाया एक दी क्लिप ओह तुसीं वेख लैणी बाकी ढोलकी पैन वाली इहदी ते बैंड बुंड पैन वाला बाकी थोड़ी बहुत लीकिंग आ तुहानू पता पुराने बुट्टा थोड़ी बहुत निकली आउंदी लीकिंग बाकी इहदा कम कुम करवाउने हौली हौली करां स्टार्ट इक्करी कर स्टार्ट इक्करी फिर हुण विखाईए उहदे ते आपां घट बणाया ब्लॉग हैं टिक टिक करदा इन्नी चल स्टार्टिंग स्टूडियो दे मित्रों ओके आ रंग रुंग तो सारा ओके आ सीट हो गई ढोलकी हो गई बैंड हो गया बाकी सर्विस करावांगे इहदी ते सीलिंग जेहड़ा भी लीकिंग लूकिंग होगी वो चेक कर लांगे ते बाकी शॉकर शॉकर ठीक है कि नहीं शॉकर विखा लांगे कोई नहीं शॉकर भी विखा लांगे आहो दे रहे फिर इन्ने दिन रड लाई लैके दो मोटरसाइकल ती बह लागे हुण मामा ओहदे लागे बह की करदा यार ओह गल बह लागे आहो बह करी पता लगे दो लत्तां कर घुमा के दोवे कट नहीं डिगदा लम्मी ਜਿਹੜਾ ਪੁੱਠੇ ਕੇਲਾਂ ਦਾ ਨਜ਼ਾਰਾ ਆਉਂਦਾ ਚਲਾਉਂਦਾ ਉਹ ਇਹਦਾ ਨਜ਼ਾਰਾ ਉਹਨਾਂ ਚਲਾਉਂਦਾ ਆਹ ਚੀਜ਼ ਦਾ ਇੱਥੋਂ ਐਂ ਦੇ ਪਾ ਕੇ ਕੇਅਰ ਪਾਉਣ ਦਾ ਨਜ਼ਾਰਾ ਆਉਂਦਾ ਨਾ ਜਿਹੜਾ ਆੜਾ ਇਹ ਗੱਲ ਹੀ ਵੱਖਰੀ ਆ ਅਤੇ ਇੱਕ ਇਹਦੀ ਆਵਾਜ਼ ਨਵਿਆਂ ਦੀ ਆਵਾਜ਼ ਥੋੜ੍ਹੀ ਫੜਫੜ ਜਿਹੀ ਕਰਦੀ ਇਹਦੀ ਡੁਗ ਡੁਗ ਦੀ ਆਵਾਜ਼ ਆਉਂਦੀ ਇਹਦੀ ਅਤੇ ਬਾਕੀ ਤਾਂ ਓਕੇ ਕੰਮ ਅਤੇ ਬਾਕੀ ਇਹਦਾ ਅਗਲੇ ਵਲੋਗ 'ਚ ਤੁਹਾਨੂੰ ਇਹਦਾ ਕੰਮ ਕੁੰਮ ਕਰਾਵਾਂਗੇ ਸਾਰਾ ਉਹ ਵੀ ਤੁਹਾਨੂੰ ਦੱਸਾਂਗੇ ਕੀ ਕੰਮ ਕਰਾਇਆ ਇਹਦਾ ਕਿੰਨੇ ਦਾ ਕੰਮ ਕੁੰਮ ਹਿਸਾਬ ਤਾਂ ਪਿਆ ਵਾ ਸਲੰਸਰ ਤਾਂ ਆਪਣਾ ਤਾਂ ਹੈਗਾ ਇੱਕ ਪੁਰਾਣਾ ਪਿਆ ਦਿੰਦੇ ਇਹਦਾ ਵੀ ਕੰਮ ਖਰਾਬ ਹੀ ਹੋਇਆ ਪਿਆ ਇਹਨਾਂ ਨੂੰ ਜੰਗਲ ਜਗੁਲ ਜਿਹਾ ਲੱਗ ਹੀ ਜਾਂਦਾ
ਇਹ ਆਪਣਾ ਗੱਲ ਨਹੀਂ ਬੰਨੀ ਨੂੰ ਨਹੀਂ ਬੰਨੀ ਗੱਲ ਨਾ ਸਾਫ ਸੁਖ ਕਰਕੇ ਵੀ ਰਹਿਣ ਦੇ ਇੱਕ ਵਾਰਡ 'ਚ ਜੋ ਨਵਾਂ ਲਵਾਵਾਂਗੇ ਰਹਿਣ ਦੇ ਹੁਣ ਇਹ ਵੀਡੀਓ ਵੇਖਣ ਦਿਆਂ ਜਿਹੜੀ ਮੈਂ ਓਹੋ ਗੁਰੂਆ ਬੱਸ ਕਰ ਜਾ ਨਹੀਂ ਮਰੀ ਜਾਣਾ ਅਤੇ ਬਾਕੀ ਮੈਂ ਵੀਡੀਓ ਵੇਖਣ ਦਿਆਂ ਨਾ ਜਿਹਦੇ ਜਿਹੜਾ ਮੋਟਰਸਾਈਕਲ ਭਜਾ ਕੇ ਲਿਆਉਂਦੇ ਉਹਦੇ ਨਾਲ ਪਾੜਦੀ ਜੀ ਆ ਉਹ ਮੇਰਾ ਤਾਂ ਇੱਥੋਂ ਹੁੰਦੇ ਆ ਜਗਾੜ 'ਚ ਅਤੇ ਕੀ ਜਾਂਦੇ ਉਹਨਾਂ ਨੂੰ ਮੈਨੂੰ ਚੇਤਾ ਨਹੀਂ ਆਉਂਦੇ ਹੁਣ ਉਹ ਸੈਟਿੰਗ ਹੋ ਜਾਣੀ ਆ ਅਤੇ ਬਾਕੀ ਜਦੋਂ ਸਿਲੰਡਰ ਸਲੰਡਰ ਨਵਾਂ ਪੈ ਗਿਆ ਢੋਲਕੀ ਨਵੀਂ ਪੈ ਗਈ ਆਵਾਜ਼ ਤਾਂ ਆਪੇ ਫਰਕ ਪੈ ਜਾਣਾ ਬਾਕੀ ਐਡਜਸਟਰ ਜੀ ਹੁੰਦੇ ਇੱਥੇ ਉਹ ਸੈਟਿੰਗ ਕਰ ਲੈਂਦੇ ਉਹਦੇ ਨਾਲ ਆਵਾਜ਼ ਐਨ ਸੈੱਟ ਹੋ ਜਾਂਦੀ ਵੀ ਫੜੀ ਨਹੀਂ ਤਾਂ ਉੱਦਾਂ ਚੜ੍ਹ ਗਿਆ ਤਾਂ ਵੇਖੋ ਇੰਜਣ ਜਿਹਾ ਰੱਖਣ ਲੱਗੇ ਨਵਾਂ ਵਾਲਾ ਇੱਕ ਨਾਲ ਕੰਮ ਕਰਾਉਂਦਾ ਸਾਰਾ ਤਾਂ ਲੈ ਕੇ ਦੇਣ ਲੱਗੇ ਬੁਲਟ ਨੂੰ ਐਂ ਕ ਦੁਕਾਨ 'ਤੇ ਬਹਿੰਦਾ ਕੰਮ ਕੁੰਮ ਸਾਰਾ ਕਰਦਾ ਅਲੇ ਨੂੰ ਤਾਂ ਲੈ ਕੇ ਦੇਣ ਲੱਗੇ ਬੁਲਟ ਨਹੀਂ ਤੈਨੂੰ ਲੈ ਕੇ ਨਹੀਂ ਦੇਣਾ ਆਹ ਵੇਖੋ ਦੇਖੀ ਚੈਨ ਕੋਪੀ ਨਾ ਸਿਰ 'ਚ ਮਾਰ ਦਿਓ ਕੀ ਆ ਆਪਣੇ ਮੋਟਰਸਾਈਕਲ ਜੀ ਅਤੇ ਇਹਦਾ ਵੀ ਨਾ ਚੈਨ ਸੈੱਟ ਜਿਹਾ ਪੈਣ ਵਾਲਾ ਜੀ ਕੀ ਚੈਨ ਸੈੱਟ ਆਉਂਦੇ ਨੂੰ ਆਹ ਚੈਨ ਸੈੱਟ ਹੀ ਅਤੇ ਇੱਕ ਕਲੱਚ ਬੇਟਾ ਪੈਣ ਵਾਲੀਆਂ ਇਹਦੀਆਂ ਵੀ ਸੀਟ ਸੂਟ ਪੈਣ ਵਾਲੇ ਇਹਦਾ ਵੀ ਕੰਮ ਕਰਾਉਂਦੇ ਇਕੱਠਾ ਹੀ ਹੋ ਗਏ ਇਹ ਵੀ ਨਾ ਵਿਚਾਰਾ ਥੋੜ੍ਹਾ ਜਿਹਾ ਇੱਦਾਂ ਹੀ ਰੋਲਿਆ ਰੋਲਿਆ ਜਿਹਾ ਚੱਲਦਾ ਹੁਣ ਇਹਦਾ ਕੰਮ ਕੁੰਮ ਕਰਾਉਂਦੇ ਹੌਲੀ ਹੌਲੀ ਸਾਰਾ ਇਹਦਾ ਪਹਿਲਾਂ ਉਹਦਾ ਕਰਾਵਾਂਗੇ ਉਹ ਖਲੋਤਾ ਅਤੇ ਫਿਰ ਇਹਦਾ ਕਰਾਵਾਂਗੇ ਸੀਟ ਨਵੀਂ ਪਾ ਲਾਂਗੇ ਇੱਕ ਆਹ ਅਤੇ ਬਾਕੀ ਥੋੜ੍ਹਾ ਬਹੁਤਾ ਜਿਹੜਾ ਵੀ ਕੰਮ ਦੇਖੂ ਉਹ ਸਾਰਾ ਨਵਾਂ ਕਰਾ ਲਿਆਉਣਾ ਆਪਾਂ ਅਤੇ ਮੁੰਡਾ ਜਾਂਦਾ ਹੁਣੇ ਚੱਲੀ ਗਏ ਮੈਂ ਰੋਜ਼ ਕੇ ਸਵੇਰੇ ਜਾਵਾਂਗੇ ਅਤੇ ਤਾਂ ਕਰਕੇ ਕੰਮ ਸਵੇਰੇ ਜਾਵਾਂਗੇ ਅਤੇ ਜਿਹੜਾ ਵੀ ਦੇਖੂ ਕੰਮ ਆਪਾਂ ਕਰਾ ਲਾਂਗੇ ਰੰਗ ਰੁੰਗ ਤਾਂ ਓਕੇ ਸਾਰਾ ਦਾ ਆਹੋ ਕੰਪਾਉਂਡ ਅਤੇ ਬਫਿੰਗ ਬੁਫਿੰਗ ਕਰਾ ਦਾਂਗੇ ਅਤੇ ਬਾਕੀ ਜਿਹੜਾ ਵੀ ਉੱਥੇ ਨਿੱਕਾ ਮੋਟਾ ਕੰਮ ਦੇਖੂ ਕਰਾ ਲਿਆ ਆਪਾਂ ਸਾਰਾ ਹੀ ਬਾਕੀ ਮਿੱਤਰੋ ਆਪਾਂ ਤਾਂ ਐਵੇਂ ਘਰੇ ਆਉਣਾ ਅਤੇ ਬਾਕੀ ਨਿੱਕਾ ਜਿਹਾ ਬਣਾਇਆ ਜੀ ਬਾਕੀ ਆਪਣੀ ਵੀਡੀਓ ਥੋੜ੍ਹਾ ਜਿਹਾ ਢਿੱਲਾ ਚੱਲਣਾ ਕੰਮ ਥੋੜ੍ਹਾ ਨਹੀਂ ਵਾਹਵਾ ਢਿੱਲਾ ਚੱਲਣਾ ਕੰਮ ਵੀਡੀਓ ਦਾ ਚਲੋ ਕੋਸ਼ਿਸ਼ ਕਰੀ ਜੀ ਕਿ ਵੀਡੀਓ ਵਲੋਗ ਬਣਾ ਹੀ ਲਈਏ ਇੱਕ ਦਾ ਬਾਕੀ ਹੁਣ ਕੋਸ਼ਿਸ਼ ਕਰਾਂਗੇ ਕਿ ਵਲੋਗ ਟਾਈਮ 'ਤੇ ਕਰਾਉਂਦੇ ਰਹੇ ਵਲੋਗ ਚਲੋ ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਜੇ ਕਿਸੇ ਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਓਕੇ ਬਾਏ ਟਾਟਾ।